ਅੱਜ ਤਾਂ ਦਿਨ ਵੀ ਬਹੁਤ ਸੋਹਣਾ ਲੱਗਿਆ ਪਰ ਠੰਡੇ ਜੇ ਬੈਠੇ ਹੋ, ਥੋੜੇ ਜੇ ਗਰਮ ਹੋਈਏ। ਬੋਲੇ ਸੋਨਿਆ, 40 ਮੁਕਤਿਆਂ ਦੀ ਧਰਤੀ ਜਿੱਥੇ ਅਸੀਂ ਅੱਜ ਉਹਨਾਂ ਯੋਧਿਆਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਯੋਧਿਆਂ ਨੇ ਇੱਥੇ ਇਸ ਧਰਤੀ ਤੇ ਆ ਕੇ ਉਹ ਦਾਅਵਾ ਬਣਵਾਇਆ ਤੇ ਉਸ ਤੋਂ ਬਾਅਦ ਕੌਮ ਦੀ ਹੋਂਦ ਨੂੰ ਜਿਉਂਦਾ ਰੱਖਣ ਦੇ ਲਈ ਆਪਣੀਆਂ ਕੁਰਬਾਨੀਆਂ ਕਰਕੇ ਗਏ ਆ। ਅੱਜ ਉੱਥੇ ਇਕੱਠੇ ਹੋ ਰਹੇ ਆ, ਪਰ ਅੱਜ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਅੱਜ ਕੀ ਹੋ ਗਿਆ ਕਿ ਅਸੀਂ ਆਪਣੀ ਧਰਤੀ ਨੂੰ ਵੇਦਾਵਾ ਲਿਖ ਕੇ ਇਹਨੂੰ ਛੱਡ ਕੇ ਤੇ ਬਾਹਰਲੇ ਮੁਲਕਾਂ ਨੂੰ ਭੱਜ ਰਹੇ ਹਾਂ। ਅਸੀਂ ਗੱਲ ਕਰਦੇ ਹਾਂ ਕਿ ਸਾਡੇ ਪਾਣੀ ਲੁੱਟੇ ਜਾ ਰਹੇ ਆ। ਮੈਂ ਪਿੱਛੋਂ ਦੋਦੇ ਪਿੰਡ ਤੋਂ ਬੋਲ ਕੇ ਆਇਆ, ਮੈਂ ਪਾਣੀਆਂ ਦੀ ਗੱਲ ਕਰ ਰਿਹਾ ਸੀ। ਇੱਕ ਨੌਜਵਾਨ ਉੱਠ ਕੇ ਕਹਿੰਦਾ ਬਈ ਕੀ ਕਰਨੇ ਆ ਪਾਣੀ ਬਚਾ ਕੇ, ਇੱਥੇ ਨਾ ਉਹ ਪਾਣੀ ਪੀਣ ਵਾਲੇ ਰਹਿਣੇ ਆ ਨਾ ਉਹ ਪਾਣੀ ਖੇਤਾਂ ਨੂੰ ਲਾਉਣ ਵਾਲੇ ਰਹਿਣੇ ਆ। ਅਸੀਂ ਗੱਲ ਕਰ ਰਹੇ ਹਾਂ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਦੀ, ਪਰ ਕੀ ਇੱਥੇ ਪੰਜਾਂ ਦਸਾਂ ਸਾਲਾਂ ਬਾਅਦ ਕੋਈ ਮਾਂ ਬੋਲੀ ਨੂੰ ਬੋਲਣ ਵਾਲਾ ਹੋਊਗਾ? ਅਸੀਂ ਗੱਲ ਕਰਦੇ ਹਾਂ ਆਪਣੇ ਇਤਿਹਾਸ ਨੂੰ ਸਾਂਭਣ ਦੀ, ਆਪਣੇ ਵਿਰਸੇ ਨੂੰ ਸਾਂਭਣ ਦੀ, ਆਪਣੇ ਸਾਹਿਤ ਨੂੰ ਸਾਂਭਣ ਦੀ, ਪਰ ਕੀ ਦਸਾਂ ਸਾਲਾਂ ਬਾਅਦ ਇੱਥੇ ਉਹ ਸਾਡੀ ਨੌਜਵਾਨੀ ਹੋਊਗੀ? ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਆ, ਘਰਾਂ ਨੂੰ ਜਿੰਦੇ ਵੱਜ ਰਹੇ ਆ, ਕੋਈ ਬੰਦਾ ਕੋਈ ਨੌਜਵਾਨ ਕੋਈ ਪਰਿਵਾਰ ਇਹ ਨਹੀਂ ਚਾਹੁੰਦਾ ਕਿ ਮੈਂ ਇਸ ਧਰਤੀ ਤੇ ਰਹੂੰਗਾ, ਮੈਂ ਇਸ ਧਰਤੀ ਦੀ ਹੋਂਦ ਨੂੰ ਜਿਉਂਦਾ ਰੱਖਣ ਲਈ ਆਪਣੀ ਕੌਮ ਦੇ ਵਜੂਦ ਨੂੰ ਜਿਉਂਦਾ ਰੱਖਣ ਲਈ ਮੈਂ ਇੱਥੇ ਰਹਿ ਕੇ ਲੜੂੰਗਾ, ਮੈਂ ਸੰਘਰਸ਼ ਕਰੂੰਗਾ। ਹਰ ਬੰਦਾ ਪੰਜਾਬੀ ਅੱਜ ਇਸ ਧਰਤੀ ਨੂੰ ਛੱਡ ਕੇ ਭੱਜ ਰਿਹਾ, ਭਗੌੜਾ ਹੋ ਰਿਹਾ। ਕਿਉਂ? ਇਹ ਸਵਾਲ ਹੈ ਮੇਰਾ ਲੋਕਾਂ ਦੇ ਅੱਗੇ ਕਿ ਸਾਨੂੰ ਲੱਗਦਾ ਕਿ ਉਹਨਾਂ ਧਰਤੀਆਂ ਤੇ ਜਾ ਕੇ ਸਾਡੀਆਂ ਜੜਾਂ ਜਿਹੜੀਆਂ ਉਹ ਜਿਉਂਦੀਆਂ ਰਹਿਣਗੀਆਂ, ਸਾਡਾ ਵਜੂਦ ਜਿਉਂਦਾ ਰਹੂ, ਸਾਡੀ ਬੋਲੀ ਸਾਡਾ ਧਰਮ ਸਾਡਾ ਇਤਿਹਾਸ ਜਿਉਂਦਾ ਰਹੂ? ਇਹ ਕਦੇ ਨਹੀਂ ਹੋਣਾ ਹੋਣਾ ਤੇ ਐਡੀ ਕਿਹੜੀ ਸਾਨੂੰ ਇਹ ਧਰਤੀ ਨਾਲ ਨਫ਼ਰਤ ਹੋ ਗਈ ਤੇ ਇੰਨੀ ਇਹ ਧਰਤੀ ਕਿੰਨੀ ਕੁ ਮਾੜੀ ਹੈ ਕਿ ਅਸੀਂ ਛੱਡ ਕੇ ਭੱਜ ਰਹੇ ਹਾਂ। ਜਿਹੜੀ ਧਰਤੀ ਦੇ ਉੱਤੇ ਜਿੱਥੋਂ ਮਰਜ਼ੀ ਕੋਈ ਚੱਲਿਆ ਬੰਦਾ, ਕੋਈ ਇਨਸਾਨ ਆ ਜੇ, ਕੋਈ ਭੁੱਖੇ ਪੇਟ ਨਹੀਂ ਸੌਂਦਾ, ਕੋਈ ਨੰਗੇ ਤਨ ਨਹੀਂ ਰਹਿੰਦਾ, ਕੋਈ ਬਿਨਾ ਸ਼ਸਤਰ ਨਹੀਂ ਰਹਿੰਦਾ, ਉਹ ਧਰਤੀ ਨੂੰ ਛੱਡ ਕੇ ਭੱਜ ਰਹੇ ਹੈ। ਇੱਕੋ ਹੀ ਦੌੜ ਹੈ, ਇੱਕੋ ਹੀ ਹਵਾ ਫਿਰ ਗਈ ਪੂਰੇ ਪੰਜਾਬ ਚ। ਜਿਹੜੇ ਮਰਜ਼ੀ ਨੌਜਵਾਨ ਨਾਲ ਗੱਲ ਕਰ ਲਓ, ਮੈਂ ਕੈਨੇਡਾ ਜਾਣਾ, ਮੈਂ ਅਮਰੀਕਾ ਜਾਣਾ, ਮੈਂ ਕੈਨੇਡਾ ਜਾਣਾ। ਆ ਜਿਹੜੇ ਇੱਥੇ ਆਪਾਂ ਮੇਲੇ ਲਾਉਣੇ ਆ, ਦਿਨ ਮਨਾਉਣੇ ਆ, ਕਿ 20-30 ਸਾਲਾਂ ਬਾਅਦ ਇਹ ਦਿਨ ਇਹ ਮੇਲੇ ਲੱਗਣਗੇ। ਦੁਸ਼ਮਣ ਸਾਡੇ ਬਾਰੇ ਇੱਕ ਗੱਲ ਕਹਿੰਦਾ ਕਿ 247 ਤੱਕ ਜਾਂਦਿਆਂ ਜਾਂਦਿਆਂ
ਇਹ ਕੌਮ ਦਾ ਨਾਮੋ ਨਿਸ਼ਾਨ ਇੱਥੋਂ ਮਿਟ ਜਾਣਾ। ਕੀ ਸਾਨੂੰ ਇਹ ਗੱਲ ਸੱਚ ਹੁੰਦੀ ਨਹੀਂ ਜਾਪਦੀ? ਕਿ ਸਾਨੂੰ ਲੱਗਦਾ ਕਿ ਸਾਡੇ ਪੰਜਾਬ ਦੇ ਅੰਦਰ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਕਾਲਜ ਵਿੱਚ ਸਾਡੀਆਂ ਪੱਗਾਂ ਲਾਈਆਂ ਜਾਣ ਤੇ ਸਾਡੇ ਪ੍ਰਸ਼ਾਸਨ ਕਿਹੜਾ ਹੋਵੇ, ਸਾਡੀ ਧਰਤੀ ਦੇ ਉੱਤੇ ਬੋਲਿਆ ਜਾਵੇ ਕਿ ਪੰਜਾਬ ਨੂੰ ਸ਼ਮਸ਼ਾਨ ਬਣਾ ਦਿਆਂਗੇ? ਇਹ ਦਿਨ ਹਾਲੇ ਹੋਰ ਵੀ ਮਾੜੇ ਸਾਡੇ ਤੇ ਆਉਣੇ ਆ। ਅਸੀਂ ਕਦੇ ਧਰਤੀ ਨੂੰ ਛੱਡ ਕੇ ਭੱਜੇ? ਇਹ ਕੌਮ ਨੇ ਬੜੇ ਮਾੜੇ ਤੋਂ ਮਾੜੇ ਦੌਰ ਦੇਖੇ ਆ, ਬੜੀਆਂ ਜੰਗਾਂ ਦੇਖੀਆਂ, ਬੜੇ ਸੰਘਰਸ਼ ਦੇਖਿਆ, ਬੜਾ ਖੂਨ ਡੋਲਿਆ। ਪਰ ਅੱਜ ਅਸੀਂ ਛੋਟੀਆਂ ਜਿਹੀਆਂ ਗੱਲਾਂ, ਨਸ਼ਾ ਬਹੁਤ ਹੈ ਜੀ, ਪ੍ਰਬੰਧ ਮਾੜੇ ਆ ਜੀ, ਸਰਕਾਰਾਂ ਮਾੜੀਆਂ ਜੀ, ਨਸ਼ਾ ਬਾਹਰਲੇ ਮੁਲਕਾਂ ਚ ਹੈ ਨਹੀਂ, ਪ੍ਰਬੰਧ ਠੀਕ ਕਿਹਨੇ ਕਰਨੇ ਆ, ਸਰਕਾਰਾਂ ਕਿਹਨੇ ਠੀਕ ਕਰਨੀਆਂ, ਆ ਸਾਡੇ ਲੋਕਾਂ ਨੇ। ਜੇ ਬਾਹਰ ਨਸ਼ਾ ਬਹੁਤ ਜ਼ਿਆਦਾ ਹੈ, ਬਾਹਰ ਗੈਂਗਵਾਰ ਬਹੁਤ ਜ਼ਿਆਦਾ ਹੈ, ਤੇ ਜੇ ਬਾਹਰ ਹਾਲਾਤ ਮਾੜੇ ਹੋਏ ਫਿਰ ਕਿੱਧਰ ਨੂੰ ਭੱਜੋਗੇ? ਚਾਰ ਸਪੇਰੇ ਸਾਡੇ ਪੰਜਾਬ ਦੇ ਉੱਤੇ ਹਮਲੇ ਹੋ ਰਹੇ ਹੈ, ਬਾਹਰਲੇ ਲੋਕ ਆ ਕੇ ਕਾਬਜ ਹੋ ਰਹੇ ਹੈ, ਸਰਕਾਰੀ ਨੌਕਰੀਆਂ ਚ, ਪ੍ਰਾਈਵੇਟ ਨੌਕਰੀਆਂ ਚ, ਸਾਡਾ ਹਰ ਜੁਗਾੜ ਨਾਲ ਲੋਕਾਂ ਨੇ ਖੋਲਿਆ। ਕੀ ਅਸੀਂ ਕਦੇ ਸੋਚਿਆ? ਅਸੀਂ ਚੁੱਪਾਂ ਸੁਨੇਹਿਆਂ ਦੋ, ਪਹਿਲਾ ਸੁਨੇਹਾ ਇੱਥੋਂ ਦਿੰਦਾ ਇਸ ਧਰਤੀ ਤੋਂ ਕਿ ਹਰ ਪੰਜਾਬੀ ਨੂੰ ਉਹ ਮੋਰਚੇ ਜਾਣਾ ਚਾਹੀਦਾ ਜਿਹੜੇ ਸਾਡੀ ਕੌਮ ਨੂੰ ਜਿਉਂਦਾ ਰੱਖਣ ਲਈ 30-35 ਸਾਲਾਂ ਤੋਂ ਬੰਦ ਹੈ ਉਹਨਾਂ ਕਾਲ ਕੋਠੜੀਆਂ ਵਿੱਚ। ਇੱਥੇ ਬਲਾਤਕਾਰੀ ਕਾਤਲ, ਚਾਹੇ ਉਹ ਭਾਰਤ ਦਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੋਵੇ, ਉਹਦੇ ਕਾਤਲ ਰਿਹਾ ਹੁੰਦੇ ਆ। ਬਿਲਕਿਸ ਬਾਨੋ ਦੇ ਇੱਥੇ ਬਲਾਤਕਾਰੀ ਉਹਦੇ ਪਰਿਵਾਰ ਦੇ ਕਾਤਲ ਰਿਹਾ ਹੁੰਦੇ ਆ, ਸੌਦੇ ਸਾਧ ਵਰਗੇ ਬਾਹਰ ਆ ਜਾਂਦੇ ਆ। ਪਰ ਜਿਹੜੇ ਸਾਡੇ ਬੰਦੇ, ਜੇ ਜੱਗੀ ਜੌਲ ਦੀ ਆਪਾਂ ਗੱਲ ਕਰਨ ਲੱਗੇ, ਅੱਜ 5.5 ਸਾਲ ਹੋ ਗਏ ਉਸ ਨੌਜਵਾਨ ਨੂੰ ਬੰਦ ਕੀਤੇ ਅੰਦਰ, ਕੋਈ ਕੇਸ ਹੀ ਨਹੀਂ ਚੱਲਿਆ, ਕੋਈ ਟ੍ਰਾਇਲ ਹੀ ਨਹੀਂ ਚੱਲਿਆ। ਇਹ ਧੱਕਾ ਨਹੀਂ, ਇਹ ਬੇਇਨਸਾਫੀ ਨਹੀਂ? ਜਿਹੜੇ ਲੋਕ ਆ ਸਾਨੂੰ ਸਵਾਲ ਕਰਦੇ ਆ ਕਿ ਤੁਸੀਂ ਬਿਨਾਂ ਗੱਲ ਤੋਂ ਰੌਲਾ ਪਾਉਂਦੇ ਆ, ਕਿਹੜੀ ਗੁਲਾਮੀ ਹੈ ਇੱਥੇ? ਏਦੂ ਵੱਡੀ ਗੁਲਾਮੀ ਕੀ ਹੋ ਸਕਦੀ ਹੈ ਕਿ 5.5 ਸਾਲ ਬਿਨਾਂ ਕੋਈ ਟ੍ਰਾਇਲ ਚਲਾਏ, ਬਿਨਾਂ ਦੋਸ਼ ਤੈਅ ਹੋਏ ਸਾਡੇ ਨੌਜਵਾਨ ਅੰਦਰ ਬੰਦ ਨੇ? ਜੇ ਸਮਝਦੇ ਹੋ ਆਪਣਾ ਫਰਜ਼, ਸਾਡੀ ਆਤਮਾ ਅੰਦਰੋਂ ਹਲੂਣਾ ਮਾਰਦੀ ਹੈ, ਅਸੀਂ ਤਾਂ ਸੋਚੀ ਜਾਂਦੇ ਹੁੰਦੇ ਹਾਂ ਕਿ ਕੋਈ ਸੁਨੇਹਾ ਆਊਗਾ ਤਾਂ ਜਾਵਾਂਗੇ, ਕੋਈ ਨਾਲ ਸੰਗ ਬਣੂਗਾ ਤਾਂ ਜਾਵਾਂਗੇ। ਇਹ ਹਰ ਬੰਦੇ ਦਾ ਫਰਜ਼ ਬਣਦਾ ਕਿ ਉਸ ਮੋਰਚੇ 'ਚ ਪਹੁੰਚ ਕੇ ਉਹਨਾਂ ਲੋਕਾਂ ਨੂੰ, ਉਹਨਾਂ ਯੋਧਿਆਂ ਨੂੰ ਅਸੀਂ ਬਾਹਰ ਲੈ ਕੇ ਅੱਗੇ ਜਿਹੜੇ ਸਾਡੀ ਖਾਤਰ ਅੰਦਰ ਬੈਠੇ ਆ। 2 ਮਿੰਟ ਦੇ ਦੇ, ਆਪਾਂ ਬੰਦਾ ਕੋਈ 5-7 ਦਿਨ ਘਰੋਂ ਬਾਹਰ ਰਹਿ ਜੇ, ਛੇਤੀ ਬੰਦੇ ਨੂੰ ਇਹ ਕਾਹਲੀ ਹੁੰਦੀ ਹੈ ਪਰਿਵਾਰ 'ਚ ਜਾਵਾਂ, ਘਰੇ ਜਾਵਾਂ, ਉਹਦੇ ਯਾਰ 30-32 ਸਾਲ ਹੋ ਗਏ, ਸਜਾਵਾਂ ਪੂਰੀਆਂ ਨੂੰ ਵੀ 10-10-12-12 ਸਾਲ ਹੋ ਗਏ ਹੋਈਆਂ। ਤੇ ਦੂਜਾ ਸੁਨੇਹਾ ਮੁਕਤਸਰ ਵਾਲੇ ਸੋਨੂੰ ਦੇਣਾ ਚਾਹੁੰਦਾ, ਤੁਹਾਡੀ ਧਰਤੀ ਤੋਂ ਜਿਹੜਾ ਬਹੁਤ ਵੱਡਾ ਡਾਕਾ ਤੇ ਬਹੁਤ ਵੱਡਾ ਹਮਲਾ, ਉਹਨਾਂ ਕਾਲੇ ਕਾਨੂੰਨਾਂ ਤੋਂ ਵੀ ਜ਼ਿਆਦਾ ਖਤਰਨਾਕ ਹੈ ਜਿਹੜੇ ਦਿੱਲੀ ਦੇ ਵਿੱਚ ਆਪਾਂ ਲੜਕੇ ਉਹ ਕਾਲੇ ਕਾਨੂੰਨ ਰੱਦ ਕਰਕੇ ਆਏ, ਕਰਾ ਕੇ ਆਏ ਆ। ਜਿਹੜਾ ਪਾਣੀ ਸਾਡਾ ਲੁੱਟ ਕੇ ਲਿਜਾਇਆ ਜਾ ਰਿਹਾ ਹੈ, ਰਾਜਸਥਾਨ ਨੂੰ ਜਿਹੜੀ ਨਹਿਰ ਜਾਂਦੀ ਹੈ ਉਹਨੂੰ ਪੱਕੀ ਕਰਕੇ ਕੰਕਰੀਟ ਪਾ ਕੇ ਇੱਥੋਂ ਸਾਡਾ 5000 ਕਿਊਸਕ ਫੁੱਟ ਪਾਣੀ ਹੋਰ ਲਿਜਾ ਰਹੇ ਹੈ, ਜਾਣੇ ਬਣਿਆ ਬਣਾਇਆ ਦਰਿਆ
ਪਾਣੀ ਦਾ ਲਿਜਾ ਰਿਹਾ ਰਾਸਤਾ ਨੂੰ, ਸਤਲੁਜ ਦਾ ਜਿੰਨਾ ਪਾਣੀ ਆਉਂਦਾ, ਜਿੰਨੀ ਸਮਰੱਥਾ ਦਰਿਆ ਦੀ ਹੈ ਓਨੀ ਉਸ ਨਹਿਰ ਦੀ ਬਣਾ ਕੇ ਲਿਜਾ ਰਹੇ ਆ। ਸਾਡੇ ਕੋਲ ਉਹੀ ਪਾਣੀ ਹੈ, ਧਰਤੀ ਹੇਠਾਂ ਵੀ ਆਪਣੇ ਕੋਲ 10 ਤੋਂ 15 ਸਾਲ ਦਾ ਪਾਣੀ ਬਚਿਆ ਤੇ ਦਰਿਆਵਾਂ ਦਾ ਪਾਣੀ ਲੁੱਟ ਕੇ ਸਾਡਾ ਰਾਜਸਥਾਨ ਜਾਂ ਦਿੱਲੀ ਨੂੰ ਦੇ ਦਿੱਤਾ ਗਿਆ। ਹੁਣ ਇਹ ਨਾ ਕਹਿ ਦਿਓ ਕਿ ਸਾਡੇ ਸੇਮ ਬਹੁਤ ਹੈ ਜੀ, ਅਸੀਂ ਤਾਂ ਕਹਿੰਦੇ ਹਾਂ ਪੱਕੀਆਂ ਹੋ ਜਾਣ, ਲਿਫਾਫਾ ਪੈ ਜੇ। ਆ ਜਿੱਥੇ ਜਿੱਥੇ ਥੋੜਾ ਲਿਫਾਫਾ ਪਿਆ, ਨਹਿਰਾਂ ਪੱਕੀਆਂ ਹੋਈਆਂ, ਉੱਥੇ ਪਾਣੀ ਦੇਖੋ ਜਾ ਕੇ, ਪਾਣੀ ਦਾ TDS ਚੈੱਕ ਕਰਿਓ ਜਾ ਕੇ ਕਿੰਨਾ ਹੋ ਗਿਆ। ਜਿਹੜਾ ਮਿੱਠਾ ਪਾਣੀ ਸੀ ਸ਼ਰਬਤ ਵਰਗਾ ਜ਼ਹਿਰ ਬਣ ਗਿਆ। ਇੱਕ ਬੂੰਦ ਪਾਣੀ ਦੀ ਧਰਤੀ ਹੇਠਾਂ ਨਹੀਂ ਜਾਣ ਦੇਣੀ। ਆ ਜਿਹੜੀ ਨਾਲ ਨਹਿਰ ਵਗਦੀ ਆ ਨਾ ਜੋੜੀ ਦੂਜੀ ਆਪਣੀ ਪੰਜਾਬ ਵਾਲੀ, ਓਡੀ ਵੱਡੀ ਨਹਿਰ ਪਾ ਕੇ ਉਹਨਾਂ ਨੇ ਹੋਰ ਰਾਸਤਾ ਨੂੰ ਲੈ ਜਾਣੀ। ਉਹਦਾ ਮੋਰਚਾ ਵੀ ਕੱਲ ਨੂੰ ਅਸੀਂ ਉੱਥੇ ਲਾ ਰਹੀਆਂ ਸੰਸਥਾਵਾਂ ਇਕੱਠੀਆਂ ਹੋ ਕੇ ਘੱਲ ਖੁਰਦ ਜੋੜੇ ਪੁਲਾਂ ਦੇ ਉੱਤੇ, ਮੈਂ ਕਹਿੰਦਾ ਉਹਦਾ ਵੀ ਹਿੱਸਾ ਬਣਾ, ਕਿਉਂਕਿ ਗੱਲਾਂ ਜ਼ਮੀਨਾਂ ਜਾਇਦਾਦ ਤਾਂ ਹੀ ਕਰਾਂਗੇ ਜੇ ਪਾਣੀ ਨਾ ਬਚਿਆ। ਜੇ ਪਾਣੀ ਹੈ ਤਾਂ ਹੀ ਫਸਲਾਂ ਹੋਣੀਆਂ, ਅਨਾਜ ਹੋਣਾ, ਅਸੀਂ ਚਾਹੁੰਦੇ ਰਹਿਣਾ। ਸੋ ਇਹ ਡਾਕਾ ਕੋਈ ਨਵਾਂ ਨਹੀਂ ਹੈਗਾ, ਇਹ ਡਾਕਾ 47 ਤੋਂ ਬਾਅਦ ਲਗਾਤਾਰ ਸਾਡੇ ਪਾਣੀਆਂ ਤੇ ਵੱਜ ਰਿਹਾ। ਜਿਸ ਤਰ੍ਹਾਂ ਪਹਿਲਾਂ ਇੱਥੋਂ ਬੋਲਦੇ ਆ ਸੁਪਰੀਮ ਕੋਰਟ ਦੇ ਵਕੀਲ ਨੇ ਇੱਕ ਗੱਲ ਕੀਤੀ ਕਿ ਕਦੇ ਸਿੱਖ ਪੱਖੀ ਕਦੇ ਪੰਜਾਬ ਪੱਖੀ ਕੋਈ ਸਰਕਾਰ ਹੀ ਨਹੀਂ ਆਈ। ਇਹ ਗੱਲ ਬਿਲਕੁਲ ਜਾਇਜ਼ ਹੈ, ਕਦੇ ਪੰਜਾਬ ਦੇ ਹਮਦਰਦ ਆਏ ਨਹੀਂ, ਕਦੇ ਉਹ ਲੋਕ ਉਹਨਾਂ ਥਾਵਾਂ ਤੱਕ ਪਹੁੰਚ ਹੀ ਨਹੀਂ ਸਕੇ ਜਿਹੜੇ ਅਸਲ ਪੰਜਾਬ ਦਾ ਦਰਦ ਆਪਣੇ ਦਿਲਾਂ 'ਚ ਰੱਖਦੇ ਆ। ਮੁਕਾਦਮਾ ਸੋ ਅਖੀਰ ਤੇ ਬੇਨਤੀ ਹੈ ਕਿ ਬਾਈ ਵੱਧ ਤੋਂ ਵੱਧ ਇਕੱਠੇ ਹੋ ਕੇ ਚੇਤਨ ਹੋ ਕੇ ਧੜੇਬਾਜ਼ੀਆਂ ਛੱਡ ਕੇ ਵੀ ਮੈਂ ਉਸ ਧੜੇ ਦਾ ਮੈਂ ਇਸ ਧੜੇ ਦਾ, ਇਹ ਧੜੇਬਾਜ਼ੀਆਂ ਨੇ ਵੀ ਸਾਨੂੰ ਮਾਰ ਲਿਆ, ਇਹ ਫੁੱਟ ਦਾ ਸ਼ਿਕਾਰ ਵੀ ਅਸੀਂ ਹੈਗੇ ਆ। ਜੇ ਇੱਕ ਧੜੇ ਦੀ ਕਾਨਫਰੰਸ ਹੈ ਦੂਜਾ ਨਹੀਂ ਜਾਂਦਾ, ਦੂਜੇ ਦੀ ਤੀਜਾ ਨਹੀਂ ਜਾਂਦਾ। ਹੁਣ ਮੈਨੂੰ ਕੋਈ ਇੱਥੋਂ ਬੁਲਾਵਾ ਨਹੀਂ ਸੀ ਗਿਆ ਵੀ ਮੈਨੂੰ ਮਾਨ ਸਾਹਿਬ ਦੀ ਪਾਰਟੀ ਵੱਲੋਂ ਕੋਈ ਬੁਲਾਵਾ ਗਿਆ ਸੀ ਭਾਈ ਉੱਥੇ ਆਉਣਾ, ਮੈਨੂੰ ਆਪ ਨਹੀਂ ਪਤਾ ਲੱਗਿਆ ਵੀ ਹਾਂ ਯਾਰ ਸਾਡੀ ਉੱਥੇ ਕੌਮ ਦੀ ਗੱਲ ਹੋਣੀ ਹੈ, ਸਾਡੇ ਪੰਜਾਬ ਦੀ ਗੱਲ ਹੋਣੀ, ਸਾਡੇ ਹੱਕਾਂ ਦੀ ਗੱਲ ਹੋਣੀ, ਮੈਨੂੰ ਜਾਣਾ ਚਾਹੀਦਾ। ਸੋ ਇਹ ਨਾ ਸੋਚਿਆ ਕਰੋ ਵੀ ਅਸੀਂ ਉਹਦੇ ਨਾਲ ਜੁੜੇ ਹੋਏ ਉੱਧਰ ਨਹੀਂ ਜਾਣਾ, ਇਹਦੇ ਨਾਲ ਜੁੜੇ ਉੱਧਰ ਨਹੀਂ ਜਾਣਾ। ਹਰ ਬੰਦੇ ਦਾ, ਹਰ ਪੰਜਾਬੀ ਦਾ ਫਰਜ਼ ਬਣਦਾ ਜੀ ਅੱਜ ਵੀ ਨਾ ਸੰਭਲੇ, ਇੱਕੋ ਹੀ ਬੇਨਤੀ ਕਰਦਾ ਆਉਣ ਵਾਲੇ 10 ਤੋਂ 15 ਸਾਲ ਦਾ ਸਮਾਂ ਪੰਜਾਬ ਲਈ ਕੌਮ ਲਈ ਬਹੁਤ ਖਤਰਨਾਕ ਹੋਣਾ, ਬਹੁਤ ਭਿਆਨਕ ਹੋਣਾ। ਅੱਜ ਸੰਭਲ ਕੇ ਇਕੱਠੇ ਹੋ ਕੇ ਸਿਰ ਜੋੜ ਕੇ ਲੜ ਗਏ, ਸੰਘਰਸ਼ ਕਰ ਗਏ ਤਾਂ ਕੌਮ ਨੇ ਚੜ੍ਹਦੀ ਕਲਾ ਵੱਲ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।